इंडिया न्यूज़। ज़िमनी चोणां दा अखाड़ा पूरी तरह पक चुके है ते सियासी पार्टियां दे वल्लों एक दूजे ते तंज कसे जा रहे हैं ते जित दा दावा कीता जा रहा है। वेखदा पहला एक खास रिपोर्ट। ज़िमनी चोणां नूं लै के चोण अखाड़ा पूरी तरह गरमाया होया है। दो रिवायती पार्टियां दे आगू इक दूजे ते सियासी तंज कसण ते लोकां नूं अपने वल करन दा मौका नहीं खुंझ रहे ने। जी हाँ, श्रोमणी अकाली दल के प्रधान ते सांसद सुखबीर सिंह बादल ने पंजाब सरकार ते निशाने साधदे कहा है कि सरकार ने अकाली दल नूं बेअदबी ते नशियां नूं लै के बदनाम करन दी कोशिश की है, पर हुण सच्चाई लोकां दे सामने है ते आउण वालियां ज़िमनी चोणां च लोक कांग्रेस दे उम्मीदवारां नूं मूंह तोड़न वाला जवाब देणगे। यार देखो, एक पासे थोड़ा अपना परिवार का मैंबर थोड़े इतों रहने वाला थोड़ा चाचा थोड़े सारे ना थोड़ी रिश्तेदारी दोस्ती मित्रता सुते हुए कैप्टन जगा दियो ते तुसी जगा सकते हो, हवा बदल सकते हो, तस्वीर पंजाब की बदल सकते हो। हंकारी राजे जिहड़ा सुता है राजा ढाई साल हो गए सुते पे नू सुते नू जगा सकते हो। काका हल्के तो जमानत जब्त करो कांग्रेस की जिहड़ी पंथ की सब तो वड्डी दुश्मन पार्टी ਜਿਹੜੀ ਸਭ ਤੋਂ ਮਾੜੀ ਪਾਰਟੀ ਦੇਸ਼ ਦੀ ਆ, ਕਿਉਂਕਿ ਹਿੰਦੁਸਤਾਨ ਵਿੱਚ ਕਾਂਗਰਸ ਖਤਮ ਹੋ ਗਈ ਹੈ ਤੇ ਸਭ ਤੋਂ ਵੱਧ ਧੱਕਾ ਸਭ ਤੋਂ ਵੱਧ ਜ਼ੁਲਮ ਕਾਂਗਰਸ ਨੇ ਪੂਰੇ ਹਿੰਦੁਸਤਾਨ ਵਿੱਚ ਆਪਣੀ ਕੌਮ ਤੇ ਕੀਤਾ ਹੈ। ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਤੇ ਵਰਦਿਆ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਜਲਾਲਾਬਾਦ ਹਲਕੇ ਦਾ ਕੁਝ ਵੀ ਵਿਕਾਸ ਨਹੀਂ ਕੀਤਾ ਤੇ ਲੋਕ ਇਸ ਵਾਰ ਫੇਰ ਤੋਂ ਕਾਂਗਰਸ ਦਾ ਸਾਥ ਦੇਣਗੇ। ਇਨਕਾਰ ਬੋਲ ਰਿਹਾ ਸੁਖਬੀਰ ਜੀ, ਨਹੀਂ ਕਹਿ ਰਹੇ ਸੁਖਬੀਰ ਜੀ, ਕਹਿ ਰਹੇ ਜਲਾਲਾਬਾਦ ਦੀ ਰਜਿਸਟਰੀ ਵੀ ਮੇਰੇ ਨਾਮ ਹੈ, ਗਿਰਦਾਵਰੀ ਵੀ ਮੇਰੇ ਨਾਮ ਹੈ ਤੇ ਮੈਂ ਠੇਕੇ ਤੇ ਦੇ ਕੇ ਚੱਲਿਆ ਢਾਈ ਸਾਲ ਵਾਸਤੇ। ਆਹ ਕੋਈ SGPC ਦੀ ਪ੍ਰਧਾਨਗੀ ਨਹੀਂ ਸੁਖਬੀਰ ਜੀ ਜਿਹੜੀ ਤੁਹਾਡੀ ਜੇਬ 'ਚੋਂ ਨਿਕਲ ਆਊਗੀ। ਲੋਕਾਂ ਨੇ ਆਪਣਾ ਨੁਮਾਇੰਦਾ ਚੁਣਨਾ ਹੈ, ਲੋਕ ਫੈਸਲਾ ਕਰਨਗੇ। ਤੁਹਾਡੇ ਵਾਲਾ ਕੰਮ ਚਲਾਓ ਕੈਂਡੀਡੇਟ ਹੋਣਾ ਹੈ। ਸਾਡੇ ਕਾਂਗਰਸ ਦੇ ਜਿਹੜੇ ਨੁਮਾਇੰਦੇ ਆ ਰਮਿੰਦਰ ਆਮਲਾ ਜੀ, ਲੋਕਾਂ ਦੀ ਸੇਵਾ ਕਰਨ ਵਾਸਤੇ ਅਤੇ ਪਰਮਾਨੈਂਟ ਤੌਰ 'ਤੇ ਇੱਥੇ ਆ ਕੇ ਲੋਕਾਂ ਦੀ ਸੇਵਾ ਕਰਨਗੇ। ਦੂਜੀ ਗੱਲ ਜਿਹੜੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਕਹਿ ਰਹੇ ਆ ਵੀ ਬਾਹਰੀ ਕੈਂਡੀਡੇਟ ਹੈ, ਦੇਖੋ ਆਪਣਾ ਰੰਗ ਨਹੀਂ ਦੇਖਦੀ ਮੱਝ ਅਤੇ ਕਾਲੇ ਰੰਗ ਤੋਂ ਚਮਕਦੀ ਹੈ। ਮੇਰਾ ਇੱਕੋ ਸਵਾਲ ਹੈ ਸੁਖਬੀਰ ਜੀ ਨੂੰ, ਸੁਖਬੀਰ ਜੀ ਤੁਹਾਡੀ ਰਿਹਾਇਸ਼ ਕਿੱਥੇ ਹੈ? ਗੁਰੂਵਰ ਸਾਹਿਬ ਨੇੜੇ ਹੈ ਕਿ ਬਾਦਲ ਪਿੰਡ ਨੇੜੇ ਹੈ ਜਲਾਲਾਬਾਦ ਦੇ? ਲੋਕਾਂ ਦੇ ਸਾਹਮਣੇ ਦੋਗਲੀ ਨੀਤੀ ਅਪਣਾਉਣ ਵਾਲੀ ਜਿਹੜੀ ਇਹਨਾਂ ਦੀ ਚਾਲਾਂ ਹੈ ਉਹ ਲੋਕ ਨਹੀਂ ਪਸੰਦ ਕਰਦੇ। ਇਸ ਇਲਾਕਾ ਜਿਹੜਾ ਡਿਵੈਲਪਮੈਂਟ ਵਾਸਤੇ ਲੋਕਾਂ ਨੇ ਵੋਟਾਂ ਪਾਈਆਂ ਸੀ, ਸੁਖਬੀਰ ਬਾਦਲ ਨੂੰ ਵੋਟਾਂ ਨਹੀਂ, ਉਹਨਾਂ ਨੇ ਉਸ ਸਮੇਂ ਦੇ ਡਿਪਟੀ ਚੀਫ ਮਿਨਿਸਟਰ ਸਮਝ ਕੇ ਵੋਟਾਂ ਪਾਈਆਂ ਸੀ ਕਿ ਕੰਮ ਆਉਣਗੇ। ਸੋ ਜ਼ਿਮਨੀ ਚੋਣਾਂ 'ਚ ਜਿੱਤ ਭਾਵੇਂ ਕਿਸੇ ਵੀ ਉਮੀਦਵਾਰ ਦੀ ਹੋਵੇ, ਪਰ ਇੱਕ ਦੂਜੇ 'ਤੇ ਤਿੱਖੀ ਬਿਆਨਬਾਜ਼ੀਆਂ ਦਾ ਦੌਰ ਲਗਾਤਾਰ ਜਾਰੀ ਹੈ। ਹੁਣ ਵੇਖਣਾ ਦਿਲਚਸਪ ਹੋਵੇਗਾ ਕਿ ਬਿਲਕੁਲ ਸਾਹਮਣੇ ਖੜੀਆਂ ਜ਼ਿਮਨੀ ਚੋਣਾਂ 'ਚ ਲੋਕ ਕਿਸ ਦੀ ਬਿਆਨਬਾਜ਼ੀ ਤੋਂ ਪ੍ਰਭਾਵਿਤ ਹੁੰਦੇ ਨੇ ਅਤੇ ਕਿਸ ਦੇ ਸਿਰ ਜਿੱਤ ਦਾ ਤਾਜ ਸਜਾਉਂਦੇ ਨੇ। ਲੁਧਿਆਣਾ ਤੋਂ ਅਭਿਸ਼ੇਕ ਬਹਿਲ ਅਤੇ ਜਲਾਲਾਬਾਦ ਤੋਂ ਅਰਵਿੰਦਪਾਲ ਤਨੇਜਾ ਦੀ ਰਿਪੋਰਟ, ਲਿਵਿੰਗ ਇੰਡੀਆ ਨਿਊਜ਼। ਜ਼ਿਮਨੀ ਚੋਣਾਂ ਦੇ ਵਿੱਚ ਕੜੀ ਟੱਕਰ ਹੈ। ਇੱਕ ਵਾਰ ਗ੍ਰਾਫਿਕਸ ਦੇ ਜ਼ਰੀਏ ਜਾਣਦੇ ਹਾਂ ਕਿਹੜੇ ਇਲਾਕੇ ਤੋਂ ਕਿਹੜੇ ਹਲਕੇ ਤੋਂ ਕਿਸ ਦੇ ਨਾਲ ਜਿਹੜੀ ਹੈ ਇਹ ਟੱਕਰ ਵੇਖਣ ਨੂੰ ਮਿਲੇਗੀ। ਜ਼ਿਮਨੀ ਚੋਣਾਂ ਸੀਟ ਦਾਖਾ ਅਮਨਦੀਪ ਸਿੰਘ ਆਪ ਤੋਂ, ਮਨਪ੍ਰੀਤ ਆਲੀ ਸ਼੍ਰੋਮਣੀ ਅਕਾਲੀ ਦਲ, ਕੈਪਟਨ ਸੰਦੀਪ ਸੰਧੂ ਕਾਂਗਰਸ ਤੋਂ। ਇਹਨਾਂ ਦੀ ਕੜੀ ਟੱਕਰ ਜਿਹੜੀ ਹੈ ਇੱਥੇ ਵੇਖਣ ਨੂੰ ਮਿਲ ਰਹੀ ਹੈ। ਇੱਕ ਦੂਸਰੇ 'ਤੇ ਦਾਅਵੇ ਕਰ ਰਹੇ ਨੇ, ਹਾਲਾਂਕਿ ਪਹਿਲਾਂ ਸੀਟ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਸੀ, ਜਿੱਥੋਂ ਫੂਲਕਾ ਅਸਤੀਫਾ ਦੇ ਚੁੱਕੇ ਨੇ। ਅਤੇ ਹੁਣ ਜਲਾਲਾਬਾਦ ਸੀਟ ਦੇਖਦੇ ਹਾਂ, ਜਿੱਥੋਂ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸੁਖਬੀਰ ਬਾਦਲ ਦੀ ਜਿੱਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਹੈ। ਰਾਜਕੁਮਾਰ ਰਾਜ ਡਿੱਬੀਪੁਰਾ, ਡਾਕਟਰ ਰਾਜ ਡਿੱਬੀਪੁਰਾ ਸ਼੍ਰੋਮਣੀ ਅਕਾਲੀ ਦਲ ਤੋਂ, ਰਮਿੰਦਰ ਸਿੰਘ ਆਵਲਾ ਕਾਂਗਰਸ ਤੋਂ ਅਤੇ ਮਹਿੰਦਰ ਸਿੰਘ ਕਚੂਰਾ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ। ਨਾ ਤੇ ਇਹਨਾਂ ਦੇ ਵਿਚਾਲੇ ਵੀ ਇਹ ਕੜੀ ਟੱਕਰ ਹੈ ਅਤੇ ਜਲਾਲਾਬਾਦ ਸੀਟ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਹੈ। ਅਗਲੀ ਸੀਟ ਮੁਕੇਰੀਆ, ਮੁਕੇਰੀਆ ਦੇ ਵਿੱਚ ਜੰਗੀ ਲਾਲ ਮਹਾਜਨ ਭਾਜਪਾ, ਇੰਦੂ ਬਾਲਾ ਕਾਂਗਰਸ, ਜੋ ਕਿ ਜਿਹਨਾਂ ਦੇ ਪਤੀ ਦੀ ਮੌਤ ਹੋਈ ਸੀ ਉਸ ਤੋਂ ਬਾਅਦ ਇਹਨਾਂ ਨੂੰ ਇਹ ਟਿਕਟ ਮਿਲੀ, ਅਤੇ ਗੁਰਧਿਆਨ ਸਿੰਘ ਆਮ ਆਦਮੀ ਪਾਰਟੀ ਤੋਂ। ਇਹ ਤਿੰਨੇ ਮੁਕਾਬਲੇ ਦੇ ਵਿੱਚ ਨੇ, ਇੱਥੇ ਵੀ ਕੜੀ ਟੱਕਰ ਹੀ ਨਜ਼ਰ ਆ ਰਹੀ ਹੈ। ਹਾਲਾਂਕਿ ਇਹ ਸੀਟ ਪਹਿਲਾਂ ਕਾਂਗਰਸ ਪਾਰਟੀ ਦੇ ਕੋਲ ਸੀ। ਉਸ ਤੋਂ ਬਾਅਦ ਫਗਵਾੜਾ ਦੀ ਸੀਟ, ਰਾਜੇਸ਼ ਭਾਗਾ ਭਾਜਪਾ ਤੋਂ, ਬਲਵਿੰਦਰ ਧਾਲੀਵਾਲ ਕਾਂਗਰਸ, ਸੰਤੋਸ਼ ਕੁਮਾਰ ਆਪ ਭਗਵਾਨ ਦਾਸ ਬਸਪਾ ਤੋਂ। ਇਸ ਸੀਟ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਸੋਮ ਪ੍ਰਕਾਸ਼ ਹੋਰਾਂ ਦੇ ਅਸਤੀਫੇ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ।